ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਬਹਿ ਜਾਓ ਭੈਣ, ਮੈਂ ਅੱਬੂ ਹਾਂ ਤੁਹਾਡਾ, ਡੇ ਇੱਜ਼ਤ ਕਰ। ਤੁਸੀਂ ਜੁਗਤ ਮਾਰਦੇ? ਨਹੀਂ ਜੀ। ਉੱਠ ਕੇ ਇੱਧਰ ਆ ਜਾਓ ਸਰ ਜੀ। ਇਹ ਦੱਸੋ ਤੁਸੀਂ, ਦੋ ਮੇਰੇ ਕੋਲ ਸੈਗਮੈਂਟ ਨੇ, ਇੱਕ ਜੁਗਤਬਾਜ਼ੀ ਵਾਲਾ, ਇੱਕ ਸਵਾਲ ਜਵਾਬ ਵਾਲਾ। ਠੀਕ ਹੈ। ਕਿਹੜਾ ਤੁਸੀਂ ਚਾਰੇ ਜੇ ਤੁਹਾਡਾ ਮੈਂ ਕਰਾਂ ਦੱਸੋ? ਦੇਖ ਲਓ ਜਿਹੜਾ ਤੁਹਾਨੂੰ ਸਹੀ ਲੱਗਦਾ। ਹਾਂਜੀ, ਜਿਹੜਾ ਤੁਹਾਨੂੰ ਸਹੀ ਲੱਗਦਾ। ਮੈਂ ਜਿਹੜਾ ਮੈਨੂੰ ਸਹੀ ਲੱਗ ਰਿਹਾ, ਮੈਨੂੰ ਜੁਗਤ ਵਾਲਾ ਸਹੀ ਲੱਗ ਰਿਹਾ। ਚਲੋ ਜੁਗਤ ਮਾਰੋ ਕੋਈ। ਜੁਗਤ ਮਾਰੀ? ਹਾਂ ਭਾਈ, ਜਹਾਜ਼ 'ਚ ਬੈਠਾ ਤੇ ਹੋਸਟਲ ਨੂੰ ਕਹੀ ਜਾ ਰਿਹਾ ਸਮੁੰਦਰ ਕਦੋਂ ਆਉਣਾ। ਉਹ ਕਹਿ ਰਹੀ ਮਸਲਾ ਗਿਆ, ਫਿਰ 5 ਮਿੰਟ ਬਾਅਦ ਸਮੁੰਦਰ ਕਦੋਂ ਆਉਣਾ। ਕਹਿੰਦੀ ਮਸਲਾ ਕੀ? ਕਹਿੰਦਾ ਮੈਂ ਸਦਕੇ ਦਾ ਗੋਸ਼ ਉੜਨਾ। ਇਹ ਹੁਣ ਤੁਸੀਂ ਆਪ ਚੂਜ਼ ਕੀਤਾ ਕਿ ਜੁਗਤ ਮਾਰੋ। ਹਾਂਜੀ, ਚਲੋ ਦੂਜੀ ਮਾਰੋ। ਕਿੰਨੀਆਂ ਇਕੱਠੀਆਂ ਹੀ ਮਾਰ ਪਾਣੋ? ਹੋਰ ਇੱਕੋ ਜੁਗਤ, ਇੱਕੋ ਜੁਗਤ ਨਾਲ 35 ਮਿੰਟ ਲੰਘ ਜਾਏ। ਮੈਂ ਕਿਹਾ ਇੰਨੀਆਂ ਮਾਰ ਕੇ ਉਹਦਾ ਸਿਰ ਨਾ ਪਾੜ ਜਾਏ, ਹੌਲੀ ਹੌਲੀ ਮਰਵਾ ਲਓ ਨਾ। ਹਾਂਜੀ ਭੈਣ, ਤੁਸੀਂ ਦੱਸੋ ਇਹ ਤੁਹਾਡੇ ਕੀ ਲੱਗਦੇ ਨੇ? ਇਹ ਮੇਰਾ ਭਾਈ ਹੈ ਛੋਟਾ ਸਰ। ਬਾ ਉਹਨੇ ਕਿਹਾ ਜੀ ਜੁਗਤ ਵਾਲਾ ਸੈਗਮੈਂਟ ਕਰੋ, ਚਲੋ ਜੁਗਤ ਮਾਰੋ। ਝੂਠ ਬੋਲਿਆ ਨਾ ਲੱਗਦੇ ਨੇ। ਹਾਂ ਚਲੋ, ਮਤਲਬ ਕਿਸੇ ਨੂੰ ਵੀ ਆਪਸ 'ਚ ਜਿਹਨੂੰ ਮਰਜ਼ੀ ਮਾਰੋ, ਮੈਨੂੰ ਮਾਰ ਦਿਓ। ਤੁਹਾਨੂੰ ਤਾਂ ਪਹਿਲੇ ਵੱਜੀ, ਇੰਨੇ ਠੰਡੇ ਹੱਥ ਨਹੀਂ ਮੈਨੂੰ ਲਾਉਣੇ। ਮੈਂ ਚੈੱਕ ਕੀਤਾ ਜਿੱਦਾਂ ਹੀ ਉਹ, ਮੈਂ ਵੀ ਜੁਗਤ ਮਾਰ ਸਕਦਾ। ਜੰਗ ਤੇ ਮਾਰ ਸਕਦੇ ਨੇ? ਹਾਂ ਜੰਗ ਤੇ ਮਾਰੋ, ਭਾਵੇਂ ਉੱਠ ਕੇ ਭਾਵੇਂ ਮਾਰ ਦਿਓ। ਦੇਖੋ ਐ ਭਾਈ, ਜੰਗ ਦਾ ਐਲਾਨ ਹੋਇਆ ਤੇ ਟੀਵੀ ਬੰਦ ਕਰ ਕਹਿ ਰਹੇ ਹੁਣ ਅਸੀਂ ਸੇਫ। ਹਾਂਜੀ ਬਈ, ਨਾ ਮਸਜਿਦ 'ਚ ਪੰਪ ਚੋਰੀ ਕਰ ਰਹੇ ਸੀ, ਮੌਲਵੀ ਕਹਿੰਦਾ ਮੈਂ ਤੈਨੂੰ ਵੇਖ ਲਿਆ, ਕਹਿੰਦਾ ਮੌਲਵੀ ਸਾਹਿਬ ਵੇਖ ਤੇ ਲਿਆ, ਹੁਣ ਮੋਢੇ ਤੇ ਵੀ ਰਖਾ ਦਿਓ। ਇਹਨੇ ਵੀ ਪੰਪ ਲਾਇਆ ਇੱਕ ਘਰ 'ਚੋਂ ਅਤੇ ਉਹਨਾਂ ਦਾ ਬੂਹਾ ਖੜਕਾ ਕੇ ਆ ਰਿਹਾ, ਬਾਜੀ ਤਾਰਾਂ ਖਿੱਚ ਲਓ, ਬਾਜੀ ਤਾਰਾਂ ਅੰਦਰ ਕਰ ਲਓ। ਹਾਂਜੀ ਇਹ ਭਾਈ, ਹੁਣ ਸਾਹਮਣੇ ਇੱਕ ਬੰਦਾ ਬਿਰਿਆਨੀ ਖਾ ਰਿਹਾ ਸੀ ਅਤੇ ਮੂੰਹ 'ਚ ਇੰਨੀਆਂ ਰਾਲਾਂ ਵਗੀਆਂ, ਉਹਨੂੰ ਪਾਣੀ ਦੀ ਕਮੀ ਹੋ ਗਈ। ਭਾਈ ਵੀ ਜਨਾਜ਼ਾ ਜਾ ਰਿਹਾ ਤੇ ਉਹ ਧਾਗਾ ਬਾਹਰ ਆਇਆ ਅਤੇ ਨਾਲ ਤੈਨੂੰ ਕਹਿ ਰਿਹਾ ਵੇਖੋ ਕਿੰਨੀ ਡੋਰ ਤੋਂ ਕੱਟਿਆ ਗਿਆ। ਕੰਨ ਖਰਾਬ ਕਰਤਾ। ਹਾਂਜੀ ਜੰਗ ਦਾ ਐਲਾਨ ਹੋਇਆ, ਜੰਗ ਦਾ ਐਲਾਨ ਹੋਇਆ ਤੇ ਦੀਵਾਰ ਤੇ ਇੰਡੀਆ ਦਾ ਝੰਡਾ ਬਣਾ ਕੇ ਵਿੱਚ ਟੱਕਰ ਮਾਰਤੀ, ਬਦਲਾ ਲੈਣ ਵਾਸਤੇ। ਨਹੀਂ ਨਹੀਂ ਮੈਂ ਕਨਫਿਊਜ਼ ਕਿਉਂ ਹੋਣਾ ਬਈ? ਫਿਰ ਵੀ ਕੀ ਗੱਲ ਆ? ਕੁਛ ਨੀ, ਚੱਲ ਕੋਈ ਗੱਲ ਨੀ। ਜੰਗ ਦਾ ਐਲਾਨ ਹੋਇਆ ਤੇ ਬਾਰਡਰ ਤੇ ਦਹੀਂ ਲਾ ਲਿਆ, ਕਹਿੰਦਾ ਇੱਥੇ ਹੁਣੀ ਰਸ਼ ਪੈ ਜਾਣਾ। ਯਾਰ ਤੂੰ ਜੰਗ ਤੋਂ ਬਾਹਰ ਵੀ ਆ ਜਾ ਕਿਤੇ। ਇਹਨੇ ਮੈਨੂੰ ਕਿਹਾ ਮੈਂ ਇੰਡੀਆ ਜਾ ਰਿਹਾ, ਮੈਂ ਤਦ ਗਿਆ। ਹਾਂਜੀ ਇਹਨਾਂ ਨੇ ਬਈ ਇੱਕ ਵਾਰੀ ਨਾ ਆਪਣਾ ਬਸ ਹਾਂ ਕਰੋ ਕਰੋ ਉੱਥੇ ਕਰੋ। ਹਾਂ ਇੱਕ ਜਗ੍ਹਾ ਜੰਗ ਲੱਗ ਗਈ ਤੇ ਜੰਗ ਦੇ ਕੇ ਟੰਗ ਤੇ ਬਹਿ ਕਹਿੰਦਾ ਬੰਬਈ ਵਾਲੇ। ਥੱਲੇ ਜਾ ਕੇ ਰਕਸ਼ਾ ਗੁੱਸਾ ਨਾ ਕਰਨਾ, ਇਹ ਦੌਲੇ ਸ਼ਾਹ ਦਾ ਚੂਹਾ ਸਿੱਧਾ ਕਰਾਇਆ। ਠੀਕ ਕਰਾਇਆ ਮੂੰਹ ਲਿਫਟ 'ਚ ਚੜ ਗਿਆ, ਲਿਫਟ 'ਚ ਲਿਫਟ ਬੰਦ ਹੋਈ ਤੇ ਕਹਿੰਦਾ ਏਡੀ ਛੋਟੀ ਬੈਠਕ। ਇਹਦੇ ਘਰ ਵੀ ਡਾਕੂ ਆ ਕੇ ਕਹਿੰਦੇ ਜੋ ਕੁਛ ਹੈ ਕੱਢ ਦੋ, ਇਹਦਾ ਆਪਾਂ ਸਾਈਕਲ ਦੀ ਵਾਹ ਕੱਢ ਦਿੰਦਾ। ਹਾਂਜੀ ਭੈਣ। ਹਾਂਜੀ ਮਤਲਬ ਇਹ ਤੁਸੀਂ ਕੀ ਸਾਰੀ ਦਿਹਾੜੀ ਸੁਣਦੇ ਰਹਿੰਦੇ ਹੋਣੇ ਨੇ? ਨਹੀਂ ਇਹ ਛੋਟੇ ਭਾਈ ਨੇ, ਵੈਸੇ ਇਹਨਾਂ ਦਾ ਮੂੰਹ ਇੱਦਾਂ ਜਿਹਦਾ ਬਾਬਾ ਚੋਪਰ 'ਚ ਪਾਇਆ। ਇਹਨਾਂ ਦਾ ਵੀ ਮੂੰਹ ਵੇਖ ਲਓ, ਸ਼ਰਾਬ ਨਾਲ ਰਸ ਖਾਧੇ। ਚੈਨਾ ਚਲ ਗਿਆ ਤੇ ਫੜਿਆ ਗਿਆ, ਉਹ ਕਹਿੰਦੇ ਕਿੱਧਰ? ਕਹਿੰਦਾ ਜੈਗੀ ਚੈਨ ਘਰ ਮਿਲਾਤੇ ਆ। ਭਾਈ ਨੇ 15 ਤਾਵਾ ਗੁੱਡਾ ਲੈ ਲਿਆ, ਚੜਾਇਆ ਨੀ, ਸਾਰੀ ਫੈਮਿਲੀ ਉਰਤਸ ਹੋ ਗਈ। ਇਹ ਵੀ ਨਾਈਕ ਹੋ ਗਏ।
ਗਿਆ ਨਾ ਇਹਨੂੰ ਕਹਿੰਦਾ ਆਪਣੀ ਪਸੰਦ ਦੀ ਕਟਿੰਗ ਕਰ ਤੇ ਉਹਨੇ ਚਾਈਨਾ ਕਟਿੰਗ ਕਰਤੀ ਚਾਈਨਾ ਕਟਿੰਗ ਅੱਛਾ ਠੀਕ ਇਹ ਵੀ ਨਾਈ ਕੋ ਗਿਆ ਤੇ ਉਹਦਾ ਸ਼ੀਸ਼ਾ ਬਹੁਤ ਵੱਡਾ ਸੀ ਹੁਣ ਇਹਦੀ ਕਟਿੰਗ ਕਰ ਰਿਹਾ ਤੇ ਉਹ ਵੀ ਵਿੱਚ ਆ ਰਿਹਾ ਤੈਨੂੰ ਕਹਿੰਦਾ ਪਰੇ ਹੋ ਕਰ ਖਰਾਬ ਹੋ ਜਾਣੀ ਤੁਸੀਂ ਤਾਂ ਸਾਰੇ ਤੁਹਾਡੀ ਹੱਸਦੇ ਖੇਡਦੇ ਰਹਿੰਦੇ ਹੋਣੇ ਨਾ ਹਾਂਜੀ ਅਲਹਮਦੁਲਿਲਾ ਇਹ ਤੁਹਾਡਾ ਕੰਮ ਮਟੀਰੀਅਲ ਤੁਹਾਡੇ ਕੋਲ ਬਹੁਤ ਅੱਛਾ ਹੈ ਹਾਂਜੀ ਬਿਲਕੁਲ ਹੈ ਸਵੇਰੇ ਸੀਮਟ ਅੱਛਾ ਲੈਂਡਰ ਪਾ ਰਹੇ ਸੁਬਹ ਇੱਥੇ ਹਾਂ ਸਹੀ ਗੱਲ ਹਾਂ 1122 ਵਾਲੇ ਨਾਲ ਲੜੀਏ ਕਹਿੰਦਾ ਮੈਂ ਅੱਗੇ ਬਹਿ ਕੇ ਜਾਣਾ ਲੈ ਐਮਰਜੈਂਸੀ 'ਚ ਗਿਆ ਤੇ ਉੱਥੇ ਇੱਕ ਮਰੀਜ਼ ਦਾ ਸਾਹ ਬੰਦ ਹੈ 15-20 ਡਾਕਟਰ ਲੱਗੇ ਤੇ ਉਹਨੂੰ ਜਾ ਕੇ ਕਹਿੰਦਾ ਇੰਨਾ ਕੋਈ ਖੱਪਣ ਦੇ ਪਣੋ ਖਿੜਕੀ ਖੋਲ ਦਿਓ ਇਹਨੇ ਕਿੱਥੋਂ ਸੁਣ ਲਿਆ ਸਬਰ ਕਾ ਫਲ ਮੀਠਾ ਹੋਤਾ ਹੈ ਇਹਨੇ ਸਬਰ ਕਰਕੇ ਚੋਰੀ ਕਰ ਲਈ ਅਤੇ ਪੁਲਿਸ ਵਾਲਿਆਂ ਕੋਲ ਫੜਿਆ ਗਿਆ ਇਹਨੂੰ ਵਾਹਵਾ ਹੀ ਕੁੱਟ ਪਈ ਚੌਂਕ 'ਚ ਆ ਕੇ ਕਹਿੰਦਾ ਸਬਰ ਕਾ ਫਲ ਛਿਤਰੋ ਛਿਤਰੀ ਹੋਤਾ ਹੈ ਵਾਹਵਾ ਹੀ ਪਈਆਂ ਇਹ ਕੀ ਮਤਲਬ ਐਡੀ ਲੰਮੀ ਟਾਈਮ ਜ਼ਾਇਆ ਕਰਤਾ ਵੈਸੇ ਵੀ ਫਲ ਖਾ ਲੈਂਦਾ ਇਹਨਾਂ ਨੂੰ ਬੰਦਾ ਮਾਰਤਾ ਤੇ ਨਾਲ ਦੇ ਕਹਿੰਦੇ ਜੀ ਹੁਣ ਇਹਨੂੰ ਬਾਹਰ ਸੁੱਟਦੀ ਹੈ ਕਹਿੰਦਾ ਨਹੀਂ ਨਹੀਂ ਬਾਹਰ ਬਾਰਿਸ਼ ਹੋ ਰਹੀ ਆਪਣੇ ਅੱਬੂ ਨੂੰ ਜਾ ਕੇ ਜਪਾਨੀ ਫਲ ਦੇਣਾ ਰੱਬਾ ਕਹਿੰਦਾ ਨਰਮਾ ਕਹਿੰਦਾ ਟੇਪ ਕਰੇ ਖਾ ਲਓ ਕੀ ਕਰਕੇ ਜੱਜ ਨੇ ਇਹਨੂੰ ਫਾਂਸੀ ਦਾ ਦਿੱਤੀ ਕਹਿੰਦੀ ਆਪਣੀ ਆਖਰੀ ਖਵਾਈ ਦੱਸ ਕੇ ਨਾ ਮੈਨੂੰ ਨੇੜੇ ਵਾਲ ਰੱਖਣ ਦਿਓ ਮੈਂ ਲੰਮੇ ਵਾਲ ਰੱਖਣੇ ਵਾਹ ਵਾਹ ਇਹਨੂੰ ਵੀ ਫਾਂਸੀ ਦਿੱਤੀ ਜੱਜ ਨੇ ਕਹਿੰਦਾ ਤੇਰੀ ਆਖਰੀ ਖਵਾਹਿਸ਼ ਕਹਿੰਦਾ ਮੈਨੂੰ ਥਾਣੇ ਬਾਅਦ ਚਾਹ ਦਾ ਸਟਾਲ ਲਵਾ ਦੇ ਅੱਛਾ ਉਹਨੇ ਪੂਰਾ ਹੱਥ ਖੋਲ ਕੇ ਮੂੰਹ ਤੇ ਫੇਰਿਆ ਤੇ ਉਹਦੇ ਸਿਰਫ ਇਧਰਲੀ ਸਾਈਡ ਤੇ ਫੇਰਿਆ ਇਹਦੀ ਤੇ ਪਾਸਪੋਰਟ ਫੋਟੋ ਨਹੀਂ ਬਣਦੀ ਜੀ ਏਡਾ ਮੂੰਹ ਬਾਹਰ ਆ ਜਾਂਦੀ ਅੱਧੀ ਸਹੀ ਗੱਲ ਹਾਂਜੀ ਬਿਸਮਿਲਾ ਬਿਸਮਿਲ ਬਸ ਚ ਵੜ ਜਾਂਦਾ ਬਸ ਵਾਲਿਆਂ ਨੂੰ ਕਹਿੰਦਾ ਆਪਣੀ ਆਪਣੀ ਜਗ੍ਹਾ ਤਾਂ ਬਣਲਾ ਕਰ ਗੱਲ ਆਰਾਮ ਨਾਲ ਗੱਲ ਕਰ ਬਸ ਚ ਬੜਾ ਆਰਾਮ ਨਾਲ ਕਹਿ ਬਸ ਚ ਵੜ ਜਾਂਦਾ ਬਸ ਚ ਵੜ ਜਾਂਦਾ ਬਸ ਵਾਲਿਆਂ ਨੂੰ ਕਹਿੰਦਾ ਆਪਣੀ ਆਪਣੀ ਜਗ੍ਹਾ ਤੂੰ ਕੋਈ ਨਾ ਹਿੱਲੇ ਛਾਤਾ ਕੁਲਫੀਆਂ ਲਾ ਰਹੇ ਖਾਲੀ ਬਸ ਚ ਮੰਗੀ ਜਾ ਰਿਹਾ ਮੈਂ ਕਿਹਾ ਇਹ ਕੀ ਕਹਿੰਦਾ ਭਰੀ ਚ ਸ਼ਰਮ ਆਉਂਦੀ ਨਹੀਂ ਕਹਿੰਦਾ ਭਰੀ ਚ ਰਸ਼ ਬਹੁਤ ਹੁੰਦਾ ਇੱਥੇ ਸਕੂਨ ਆ ਕੋਈ ਬੰਦਾ ਨਾ ਪੈਰ ਆਉਂਦਾ ਥੱਲੇ ਨਾ ਉੱਥੇ ਹਮ ਬਰਾਏ ਰਾਸਤਾ ਮੋਟਰਵੇ M2 ਜਾ ਰਹੇ ਹਾਂ ਤੇ ਮੋਬਾਈਲ ਕਹਿੰਦੇ ਕਹਿੰਦਾ ਮੇਰੇ ਕੋਲ ਤੇ G5 ਆ M2 ਤੇ ਹੈ ਨੀ ਹਾਏ ਹਾਏ ਲਾਰਜ ਦੇ 8 ਪੀਸ ਹੁੰਦੇ ਨੇ ਵੈਸੇ ਮੈਂ 4 ਕਰਾ ਲੈਣਾ ਕਿਉਂਕਿ 8 ਖਾਦੇ ਨਹੀਂ ਨਾ ਜਾਂਦੇ ਹਾਂ ਸਹੀ ਗੱਲ ਜੰਗ ਦਾ ਐਡਾ ਜਨੂਨ ਹੈ ਮੈਨੂੰ ਤਾਂ ਲੱਗਦਾ ਤੈਨੂੰ ਬਹੁਤ ਜਨੂਨ ਉਹਦੇ ਨਾਲ ਬਹੁਤਾ ਤਾਂ ਤੈਨੂੰ ਜਨੂਨ ਨਹੀਂ ਜੰਗ ਤੇ ਥੋੜੀਆਂ ਜਿਹੀਆਂ ਹੈ ਜੰਗ ਦੇ ਨਵੀਆਂ ਗੱਲਾਂ ਪੜਾਉਣ ਜੰਗ ਤੇ ਜੰਗ ਲੜ ਰਿਹਾ ਤੇ ਫੌਜੀ ਨੂੰ ਨਾ ਫੌਜੀ ਨੂੰ ਆਪਣੀ ਤਲਵਾਰ ਫੜਾ ਕਹਿੰਦਾ ਫੜੀ ਮੈਂ ਸਿਗੜ ਪੀਆਂ ਦੁਸ਼ਮਣ ਫੌਜੀ ਨੂੰ ਜੰਗ ਦੇ ਦਿਨਾਂ 'ਚ ਜ਼ਮੀਨ ਤੇ ਜਹਾਜ਼ ਬਣਾ ਕੇ ਉੱਤੇ ਖਲੋ ਗਿਆ ਕਹਿੰਦਾ MiG-21 ਮਾਰਦੀ ਹੈ ਜੰਗ ਦਾ ਐਲਾਨ ਹੋਇਆ ਤੇ ਵੱਡੇ ਬੂਫਰ ਲੈਣ ਚਲ ਗਿਆ ਮੈਂ ਕਿਹਾ ਇਹ ਕੀ ਕਹਿੰਦਾ 93 ਮੇਰੇ ਵੱਲੋਂ ਓਏ ਹੋਏ ਇਹ ਐਸੀ ਕੌਮ ਹੈ ਜੰਗ ਦਾ ਮਾਹੌਲ ਬਣਿਆ ਰਹਿਣ ਉੱਤੇ ਜੁਗਤਾ ਬਣਾ ਲਈ ਇਹ ਕੋਈ ਚੱਕਰ ਨਹੀਂ ਹੈਗਾ ਹਾਂਜੀ ਉਹ ਬਾਟ ਸਾਹਿਬ ਨੂੰ ਮਿਲੋ ਬਾਰਡਰ ਤੇ ਤਾਰਾਂ ਲਾ ਕੇ ਤੇ ਨਾ ਲਾ ਰਿਹਾ ਤਾਰਾਂ ਮੈਂ ਕਿਹਾ ਇਹ ਕੀ ਕਹਿੰਦਾ ਮੈਂ ਸਮਝਿਆ ਸੁਲਾ ਹੋ ਗਈ ਨਹੀਂ ਬਾਰਡਰ ਤੋਂ ਤਾਰਾਂ ਲਾ ਰਿਹਾ ਉਹਨਾਂ ਨੇ ਕਿਹਾ ਕੀ ਕਹਿੰਦਾ ਸੁਲਾ ਨਹੀਂ ਹੋ ਗਈ ਹਾਂਜੀ ਅਖਬਾਰ ਕਹਿੰਦਾ ਉਹ 100 ਬੰਦੇ ਥੱਲੇ ਆ ਗਏ ਉਹ ਮੈਂ ਕਿਹਾ ਇੰਗਲਿਸ਼ ਹੈਗੀ ਘੁਮਾ ਕੇ ਪੜ੍ਹ ਬੈਠੇ ਆ ਓਏ ਹੋਏ ਰੇਗਿਸਤਾਨ 'ਚੋਂ ਡਰੈਸ ਪੁੱਛਿਆ ਇਹਨੇ ਰੇਗਿਸਤਾਨ 'ਚੋਂ ਡਰੈਸ ਪੁੱਛਿਆ ਬੰਦਾ ਕਹਿੰਦਾ ਸਿੱਧਾ ਜਾ ਬੁੱਧ ਵਾਲੇ ਦਿਨ ਖੱਬੇ ਹੋ ਜੀ ਰੇਗਿਸਤਾਨ 'ਚ ਨਾ ਲੁਕਣ ਮੀਟੀ ਖੇਡਣ ਲੱਗ ਪਿਆ ਅੱਛਾ ਉੱਥੇ ਕਿਤੇ ਲੁਕਿਆ ਊਂਟ ਦੇ ਕੋਲ ਚੜ ਕੇ ਉਹਨੂੰ ਕਹਿ ਰਿਹਾ ਬੁੱਲੜ ਓਏ ਕੰਨ 'ਚ
ਹਾਂਜੀ ਭਾਈ ਨਾ ਇਹਦੇ ਅੰਦਰ ਕੀੜਾ ਚਲ ਗਿਆ ਤੇ ਉਹਨੂੰ ਕੱਢ ਨਹੀਂ ਰਿਹਾ ਜ਼ੁਬਾਨ ਤੇ ਚੀਨੀ ਰੱਖ ਕੇ ਬੈਠਾ ਰਿਹਾ ਖੋਤਾ ਨੀ ਗਵਾਚਿਆ ਤੇਰੇ ਘਰ ਦੇ ਵੀ ਇਹ ਖਾ ਪਾਈ ਹੋਣੀ ਸਾਡਾ ਵੀ ਗਵਾਚ ਗਿਆ ਸਵੇਰ ਦਾ ਦੇਖ ਚੇ ਦੇ ਆਲੇ ਦੁਆਲੇ ਘੁੰਮੀ ਜਾ ਰਿਹਾ ਮੈਂ ਕਿਹਾ ਇਹ ਕੀ ਕਹਿੰਦਾ ਇਹਦਾ ਸਿਰਾ ਲੱਭ ਰਿਹਾ ਲੈਣਾ ਤੋਂ ਮਾਰ ਖਾ ਲੈਣਾ ਟ੍ਰੇਨ ਵਾਲੀਆਂ ਹਾਂਜੀ ਟੀ ਟੀ ਨੂੰ ਪੁੱਛੀ ਜਾ ਰਿਹਾ ਕਰਾਚੀ ਵਾਲੀ ਐਕਸਪ੍ਰੈਸ ਕਿੰਨੇ ਵਜੇ ਜਾਣੀ ਉਹਨੇ ਕਿਹਾ ਤੂੰ ਕਰਾਚੀ ਜਾਣਾ ਕਹਿੰਦਾ ਨਹੀਂ ਮੈਂ ਲੈਣਾ ਪਾਰ ਕਰਨੀ ਆ ਭਾਈ ਦਾ ਮੂੰਹ ਵੇਖਿਆ ਮੈਂ ਰਿਮੋਟ ਨਾਲ ਸੜਕ ਸਿੱਧੀ ਕੀਤੀ ਹੁੰਦੀ ਹਾਂਜੀ ਇੱਡਾ ਵੱਡਾ ਮੂੰਹ ਐ ਲੱਗ ਰਿਹਾ ਲੋਡਰ ਚ ਬਰਾਤ ਆਈ ਭਾਈ ਤੁਸੀਂ ਪੀਜ਼ੇ ਦਾ ਕੰਮ ਕਰਦੇ ਨੇ ਇਹਨੂੰ ਰੱਖ ਲਓ ਛੇ ਜੇਬਾਂ ਲਾਈ ਕਹਿੰਦਾ ਉਹ ਕਿਉਂ ਕਹਿੰਦਾ ਉੱਥੇ ਖਾਣਾ ਛੇ ਡਿਸ਼ਾਂ ਵਾਲਾ ਵਾ ਛੇ ਕਿਸਮ ਦਾ ਪੱਕਿਆ ਲੈ ਲੈ ਹਰ ਜੇਬਾਂ ਭਰ ਲੈਣੀਆਂ ਹਾਂ ਦਰਅਸਲ ਕਈ ਵਾਰੀ ਇੱਦਾਂ ਦੇ ਵੀ ਆ ਜਾਂਦੇ ਨਾ ਕਿੱਦਾਂ ਦੇ ਇੱਦਾਂ ਦੇ ਤੇਰਾ ਨਾਂ ਕੀ ਹੈ ਜ਼ਿਸ਼ਾਨ ਭਾਵੇਂ ਤੁਸੀਂ ਤਰ੍ਹਾਂ ਇਹਨੂੰ ਇੱਧਰ ਆਉਂਦੇ ਹੋ ਤਰ੍ਹਾਂ ਉਹ ਪਤਾ ਮੈਨੂੰ ਦੂਰ ਪੈ ਰਿਹਾ ਇੱਥੇ ਬਹਿ ਜਾ ਮਾਸ਼ਾ ਅੱਲਾਹ ਕਸਮ ਜਿੱਦਾਂ ਤੇਰਾ ਮੂੰਹ ਤਿੰਨ ਬੰਦਾ ਕਿਸੇ ਦੇ ਮੂੰਹ 'ਤੇ ਵੀ ਨਹੀਂ ਕਰਾ ਸਕਦਾ ਬੰਦਾ ਇਹ ਨਹੀਂ ਕਹਿ ਸਕਦਾ ਇਹਦੇ ਮੂੰਹ ਛੱਡ ਦੇ ਜੰਗ ਦਾ ਐਲਾਨ ਹੋਇਆ ਤੇ ਚਿੰਗਜੀ ਦੇ ਐਪਸੋਲਾਂ ਲਿਖਾ ਲਿਆ ਤੇ ਡਰਾ ਰਿਹਾ ਹਾਂਜੀ ਬਾਰਡਰ ਦੇ ਕੋਲੋਂ ਨੰਗ ਨੰਗ ਕੇ ਮੈਂ ਕਿਹਾ ਇਹਨੇ ਦੋ ਅੱਖਲ ਗੁੱਡਾ ਲੁੱਟ ਲਿਆ ਬਹੁਤ ਵੱਡਾ ਓ ਯਾਰ ਉਹ ਉਧਰ ਵੀ ਹੋਇਆ ਮੈਂ ਯਾਰ ਉਹਦਾ ਇਨਸਾਨ ਨਿਗਾ ਇਹ ਹਕੀਮ ਨੇ ਨਾ ਸ਼ੀਸ਼ੇ ਤੇ ਬਣਾਇਆ ਸੀ ਤੇ ਤੁਰ ਪਿਆ ਰਮਜ਼ਾਨ ਸੀਗਾ ਇਹਦੇ ਘਰ ਵਾਲੇ ਕਹਿੰਦੇ ਰੋਜ਼ਾ ਰੱਖ ਲੈ ਕਹਿੰਦਾ ਫ੍ਰਿਜ ਤੇ ਰੱਖ ਦੋ ਮੈਂ ਸੁਬਹ ਚੱਕ ਲਾਂਗਾ ਲੈ ਯਾਰ ਹੱਦ ਹੁੰਦੀ ਯਾਰ ਵੈਸੇ ਕਿੱਥੇ ਕਿੱਥੇ ਤੂੰ ਖੱਜਲ ਹੋਇਆ ਕੰਨਾਂ ਤੇ ਨਾ ਏਦਾਂ ਦੀਆਂ ਤਸਵੀਰਾਂ ਬਣਾਈਆਂ ਹੁੰਦੀਆਂ ਬੱਚਿਆਂ ਨੇ ਬਾਰਿਸ਼ 'ਚ ਕਹਿੰਦੇ ਆ ਦੇਖੀਏ ਦੀ ਅੱਖ ਤੇ ਵੱਜਦਾ ਇਹਦੀਆਂ ਤਸਵੀਰਾਂ ਹਕੀਮਾਂ ਨੇ ਲਾਈਆਂ ਹੁੰਦੀਆਂ ਵਾ ਇਸ ਮਰਜ਼ ਦਾ ਇਲਾਜ ਵੀ ਹੈ ਹੋਏ 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 ਹਾਂ ਯਾਰ ਤੁਸੀਂ ਸਾਰੇ ਹੋਇਆ ਜਿਆਤੀ ਯਾਰ ਉਹ ਤਾਂ ਪ੍ਰੈਸ਼ਰ ਪ੍ਰੈਸ਼ਰ ਨੂੰ ਪ੍ਰੈਸ਼ਰ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਚੱਲ ਪੜਦਾਦੀ ਦਾ ਆਈਫੋਨ ਹੁੰਦਾ ਈ ਬੇਹੋਸ਼ ਬੰਦੇ ਦੀ ਮੰਗਣੀ ਹੁੰਦੀ ਆ ਗੂੰਗੀ ਨੇ ਯੈਸ ਕਿਹਾ ਹੁੰਦਾ ਹੋਏ ਹੋਏ ਹਾਂ ਮਰੇ ਕੈਸਾ ਕੱਚੀ ਪੈਨਸਲ ਨਾਲ ਅੱਠ ਪਾਏ ਹੁੰਦੇ ਚੱਲ ਮੈਂ ਸੁਣ ਤਾਂ ਲਾਣਾ ਸੇਬਾ ਮੈਂ ਤੈਨੂੰ ਮੈਂ ਉਦੋਂ ਦਾ ਹਿੱਸੋ ਨੂੰ ਜੁਗਤ ਕਰ ਰਿਹਾ ਮੈਂ ਕਿਹਾ ਤੁਸੀਂ ਮਜ਼ਾ ਆ ਰਿਹਾ ਨਾ ਤੇ ਫਿਰ ਠੀਕ ਆ ਤੁਸੀਂ ਕਰੋ ਕੋਈ ਗੱਲ ਨਹੀਂ ਤੁਹਾਡਾ ਪਤਾ ਲੱਗਿਆ ਯਾਰ ਬੇਟਾ ਮੈਂ ਖੂਨ ਦੀ ਹੋਲੀ ਨੀ ਮੈਂ ਖੂਨ ਦੀ ਤੇਜ਼ ਖੇਡ ਗਿਆ ਡਰਾਉਣੀ ਫਿਲਮ ਵੇਖਣ ਗਿਆ ਮੇਰੇ ਨਾਲ ਤੇ ਮੈਨੂੰ ਹੀ ਡਰਾ ਦਿੱਤਾ ਕਹਿੰਦਾ ਇਹ ਤਾਂ ਸਾਰੇ ਮੈਨੂੰ ਜਾਣਦੇ ਕਹਿੰਦਾ ਡਰਾਉਣੀ ਫਿਲਮ ਵੇਖਣ ਗਿਆ ਕਹਿੰਦਾ ਰਹਿਣ ਦੇ ਯਾਰ ਮੈਂ ਘਰਦਿਆਂ ਤੋਂ ਬਚ ਕੇ ਇੱਥੇ ਆ ਅੱਗੇ ਫਿਰ ਹੋਈ ਉੱਚਾ ਨੀਵਾਂ ਸੀ ਮੈਂ ਕਿਹਾ ਪਤਾ ਨੀ ਚੜ ਗਿਆ
ਮੈਂ ਕਿਹਾ ਪਤਾ ਨਹੀਂ ਚੜ ਗਿਆ ਬਹੁਤ ਅੱਛੀ ਗੱਲ ਆ ਲੈ ਕਹਿੰਦਾ ਮੈਂ ਕਿਹਾ ਪਤਾ ਨਹੀਂ ਚੜ ਗਿਆ ਇਨਸਾਨ ਨੀਗਾ ਲੇਸ ਖੋਲੀ ਸੀ ਤੇ ਨਿਕਲਿਆ ਐਸੀ ਲੇਸ ਮਰੇ ਮਗਰੀ ਪੈ ਗਏ ਦੁਕਾਨ ਖੁੱਲੀ ਤੇ ਉਹਨੂੰ ਕਹਿੰਦਾ ਕਿੰਨੇ ਵਜੇ ਬੰਦ ਕਰਨੀ ਕਹਿੰਦਾ ਕਿਉਂ ਕਹਿੰਦਾ ਮੈਂ ਅੱਗੇ ਸੌਣਾ ਫੇਰ ਸੁੱਤਾ ਜੀ ਅੱਛਾ ਇੱਕ ਦੁਕਾਨ ਬਾਹਰ ਸੁੱਤਾ ਤੇ ਉਹ ਕਹਿੰਦਾ ਉੱਠੇ ਮੈਂ ਦੁਕਾਨ ਖੋਲਣੀ ਕਹਿੰਦਾ ਨਾਲ ਦੀ ਖੋਲ ਲਾ ਟੇਕਨ 3 ਦਾ ਉਹ ਖਿਲਾੜੀ ਹੈ ਜਿਹੜੇ ਬੱਚੇ ਕਹਿ ਦਿੰਦੇ ਉਹ ਆ ਨਾ ਮੱਲੀ ਛੇਤੀ ਮਰ ਜਾਂਦਾ ਜੀ ਟੇਕਨ 3 ਖਿਰੇ ਨੇ ਐਂਡ ਤੇ ਬੁਲਾ ਹੀ ਤੇ ਮੂੰਹ ਚੈਤਲ ਕੁਰਸੀ ਬਣਨੀ ਸ਼ੁਰੂ ਕਰ ਦਿੱਤੀ ਜਲੇਬੀਆਂ ਲੈਣ ਗਿਆ ਤੇ ਉੱਥੇ ਖਲੋਤਾ ਰਿਹਾ ਦੁਕਾਨਦਾਰ ਕਹਿੰਦਾ ਹਾਂ ਕਹਿੰਦਾ ਮੇਰੀ ਅੰਮੀ ਕਹਿੰਦੀ ਪਿੱਠੀਆਂ ਹੁੰਦੀਆਂ ਲੈ ਇਹਦੇ ਲਈ ਤਾਂ ਇਹ ਸੀ ਕਿ ਹੁਣ ਉਹ ਦੇਗਾ ਲੇਕਿਨ ਉਹ ਵੀ ਪੱਕਾ ਸੀਗਾ ਬੈਕਰੀ ਤੇ ਗਿਆ ਤੇ ਉਹਨਾਂ ਨੂੰ ਕਹਿੰਦਾ ਮਿਕਸ ਮਿਠਾਈ ਦੇ ਦਿੰਦੇ ਹੋ ਕਹਿੰਦਾ ਹਾਂ ਕਹਿੰਦਾ ਥੋੜੀ ਮੈਨੂੰ ਵੀ ਦੇ ਦਿਓ ਤੇਰੇ ਮੂੰਹ ਨੂੰ ਕੁਛ ਵੀ ਨਹੀਂ ਤੁਸੀਂ ਦੋਵੇਂ ਵੇਖ ਨਾ ਸਾਊਦੀਆ ਦਾ ਸ਼ਹਿਜ਼ਾਦਾ ਹੈ ਤੇ ਉਹਨੂੰ ਮਿਲ ਕੇ ਕਹਿ ਰਿਹਾ ਆਈ ਐਮ ਅਲ ਜਬਰਾ ਸਾਊਦੀਆ ਚ ਅਰਬੀ ਹੈ ਤੇ ਉਹਨੂੰ ਕਹਿੰਦਾ ਉਹਨੇ ਸੂਟ ਪਾਇਆ ਆਪਣੇ ਸਾਊਦੀਆ ਜਿਹੜਾ ਚਾ ਕਹਿੰਦਾ ਲੱਗਦਾ ਭਾਈ ਤੂੰ ਆਪਣੇ ਨਾਪ ਦਾ ਨਹੀਂ ਸਵਾਇਆ ਲਿਖਿਆ ਸਭ ਕਹਿ ਦੋ ਖਬਰ ਸੁਣਾ ਰਹੀ ਕਹਿੰਦੀ ਆਏ ਆਪਕੋ ਮਰੀ ਲੈ ਚਲੇ ਤੇ ਆਪਣਾ ਸਮਾਨ ਕੱਢ ਲਿਆ ਲੋਰ ਇੱਕ ਟੀਵੀ ਚੈਨਲ ਤੇ ਜਾ ਕੇ ਨਾ ਰਜਾਈ ਲੈ ਕੇ ਸੋ ਗਿਆ ਮੈਂ ਕਿਹਾ ਕੀ ਕਹਿੰਦਾ ਕੁੜੀ ਨੇ ਕਿਹਾ ਸੀ ਹਮਾਰੇ ਸਾਥ ਰਹੀਏਗਾ ਅੱਛਾ ਜਦੋਂ ਬੋਲਦਾ ਨਾ ਇਹਦੇ ਹੋਂਡ ਇੰਜਨ ਨਹੀਂ ਕਰਦੇ ਹੋਂਡ ਖੁੱਲੇ ਸਿਰਫ ਵਿੱਚ ਆਵਾਜ਼ ਆਈ ਜਾ ਰਹੀ ਹੈ ਕਸਮ ਹੈ ਬਈ ਉਹਦਾ ਬੜਾ ਟ੍ਰਿਕ ਆ ਦਾ ਬਣਾਉਂਦਾ ਨਾ ਬੰਦਾ ਇਹਦੇ ਲਿਪਸ ਲਾਹੌਰ ਦੀ ਮੈਟਰੋ 'ਚ ਬਹਿ ਕਹਿ ਰਿਹਾ ਮੈਨੂੰ ਨਾੜ ਵਾਲੇ ਲਾ ਦੇਣਾ ਮੈਨੂੰ ਕੀ ਪਤਾ ਸੀ ਮੈਂ ਕਿਹਾ ਉੱਥੇ ਵੀ ਹੋਣਾ ਠੀਕ ਹੋ ਜਾਂਦਾ ਦੰਦਾਂ ਨੇ ਡਾਕਟਰ ਕੋ ਗਿਆ ਉਹਨਾਂ ਨੂੰ ਕਹਿੰਦਾ ਜਾ ਕੇ ਤੁਸੀਂ ਦਰਦ ਤੋਂ ਬਗੈਰ ਦੰਦ ਕੱਢ ਲੈਂਦੇ ਕਹਿੰਦਾ ਨਹੀਂ ਕਹਿੰਦਾ ਮੈਂ ਕੱਢ ਲੈਣਾ ਕਹਿੰਦਾ ਕਿੱਦਾਂ ਕਹਿੰਦਾ ਇੱਦਾਂ ਐਵੀਂ ਦੰਦਾਂ ਵਾਲਾ ਡਾਕਟਰ ਸੀ ਮੇਰੇ ਕੋਲ ਮਰੀਜ਼ ਆਇਆ ਕਹਿੰਦਾ ਡਾਕਟਰ ਸਾਹਿਬ ਦੰਦ ਕੱਢਣੇ ਟਾਈਮ ਹੈਗਾ ਕਹਿੰਦਾ ਮੇਰੇ ਕੋਲ ਇੰਨਾ ਟਾਈਮ ਪਵਾਂ ਗਰੜ ਕਢਾ ਲਾ ਕਬਰ ਤੋਂ ਟੱਪ ਕੇ ਫਿਰ ਪਿੱਛੇ ਨੂੰ ਟੱਪ ਗਿਆ ਮੈਂ ਕਿਹਾ ਇਹ ਕੀ ਕਹਿੰਦਾ ਅੰਮੀ ਕਹਿੰਦੀ ਜਿਹੜੇ ਤੋਂ ਟੱਪੋ ਉਹਦਾ ਕੱਦ ਛੋਟਾ ਰਹਿ ਜਾਂਦਾ ਆਪਣੇ ਅੱਬੂ ਦੀ ਕਬਰ ਤੇ ਗਿਆ ਤੇ ਨਾਲ ਦੀ ਕਬਰ ਤੇ ਪਿਆਲਾ ਪਿਆ ਤੇ ਉਹ 'ਚ ਦਹੀਂ ਪਾਇਆ ਆ ਅੱਬੇ ਦੀ ਕਬਰ ਦੀ ਪਿਛਲੀ ਸਾਈਡ ਤੇ ਜਾ ਕੇ ਨਾ ਉੱਥੇ ਬੈਠਾ ਰਾਤ ਦਿਨ ਮੈਂ ਕਿਹਾ ਇਹ ਕੀ ਕਹਿੰਦਾ ਅੱਬੇ ਨੇ ਕਿਹਾ ਸੀ ਪਿੱਛੋਂ ਧਿਆਨ ਰੱਖੀ ਜਾਲੀ ਲਵਾ ਤੀ ਮੈਂ ਕਿਹਾ ਇਹ ਕੀ ਕਹਿੰਦਾ ਮੱਛਰਾਂ ਤੋਂ ਇਸ਼ੂ ਨਾ ਹੋਵੇ ਕਿਹੜਾ ਮਰੇ ਆਹੋ ਚੱਲ ਚੱਲ ਕੋਈ ਗੱਲ ਨਹੀਂ ਮੋਟਰਸਾਈਕਲ ਲੈ ਕੇ ਕਬਰਸਤਾਨ ਵੜ ਗਿਆ ਮੈਂ ਕਿਹਾ ਕਰਨੇ ਆ ਕਹਿੰਦਾ ਸ਼ੌਕ ਚੈੱਕ ਕਰ ਰਹੇ ਸਵੇਰੇ ਸਵੇਰੇ ਉੱਠ ਕੇ ਰਕਸ਼ਾ ਕੰਧ ਚ ਮਾਰਿਆ ਤੇ ਮੈਂ ਕਿਹਾ ਕੀਤਾ ਕਹਿੰਦਾ ਯਾਰ ਰਾਤੀ ਫਿਲਮ ਚ ਤਾਂ ਲੰਘ ਗਿਆ ਸੀ
ਡਾਕਟਰ ਕੋ ਗਿਆ, ਡਾਕਟਰ ਨੂੰ ਕਹਿੰਦਾ ਜਦੋਂ ਮੈਂ ਨਾਨਾ ਗਿੱਲਾ ਹੋ ਜਾਂਦਾ, ਡਾਕਟਰ ਕਹਿੰਦਾ ਟੂਟੀ ਬੰਦ ਕਰਕੇ ਨਾ ਆਇਆ ਪਾਣੀ ਨੂੰ ਬਦਲ ਦਿਓ ਹੁਣ ਬਸ ਪਤਾ ਕੀ ਗੱਲ ਆ ਬਾਥਰੂਮ 'ਚ ਵੜਿਆ ਉੱਧਰ ਉੱਧਰ ਹੀ ਬਾਥਰੂਮ 'ਚ ਵੜਿਆ ਤੇ ਘੰਟਾ ਬਾਹਰ ਹੀ ਨਾ ਆਵੇ ਮੈਂ ਬੂਹਾ ਖੋਲਿਆ ਤੇ ਟੂਟੀ ਨਾਲ ਝੂਟੇ ਲੈ ਰਿਹਾ ਵਾਹ ਮੈਨੂੰ ਏਡਾ ਤੂੰ ਸਿੱਲਾ ਸਿੱਲਾ ਟਾਰਜਨ ਬਾਥਰੂਮ 'ਚ ਬੈਠਾ ਪਾਨ ਖਾ ਰਿਹਾ ਯਾਰ ਕੀ ਕਿੱਧਰ ਉੱਧਰ 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 ਇਹਨੂੰ ਕਰ ਪੈਣ ਆਜ ਭਾਈ ਜੀ ਕਰੋ ਮੈਂ ਕਿਹਾ ਇਹਦਾ ਮੂੰਹ ਵੇਖੋ ਬਾਂਹ ਤੇ ਪਾਨ ਲਵਾਇਆ ਓਏ ਹੋਏ ਹੋਏ ਹੁਣ ਤੈਨੂੰ ਨਾ ਕੁਛ ਕਵਾਂ ਮੈਂ ਤੈਨੂੰ ਨਾ ਕੋਈ ਗੱਲ ਕਰਾਂ ਨਹੀਂ ਮੈਨੂੰ ਕਰੋ ਮੈਂ ਪਹਿਲੇ ਪੁੱਛਿਆ ਸੀ ਕਿ ਪੈਣ ਸਵਾਲ ਜਵਾਬ ਦਾ ਸੈਸ਼ਨ ਰੱਖਣਾ ਕਿ ਜੁਗਤਾਂ ਦਾ ਤੁਸੀਂ ਕਿਹਾ ਜੁਗਤਾਂ ਦਾ ਨਹੀਂ ਤੁਸੀਂ ਸਵਾਲ ਪੁੱਛ ਲਓ ਸ਼ਾਇਦ ਉਹ ਹੀ ਆਈ ਸਵਾਲ 'ਚ ਵੀ ਬੜਾ ਤੇਜ਼ ਹੈ ਇਹਦੀ ਟੀਚਰ ਨੇ ਇਹਨੂੰ ਡਰਾਇੰਗ ਦਾ ਪੇਪਰ ਦਿੱਤਾ ਉਹਨੇ ਕਿਹਾ ਇਸ 'ਤੇ ਹਾਥੀ ਬਣਾਓ ਅਤੇ ਇਹਨੇ ਨੁਕਤਾ ਬਣਾ ਦਿੱਤਾ ਕਹਿੰਦੀ ਆਹ ਕੀ ਕਹਿੰਦਾ ਹਾਥੀ ਦੂਰੋਂ ਆ ਰਿਹਾ ਹਾਥੀ ਦੀ ਸੁੰਡ ਦਿਓ ਰਦਾਈਆਂ ਕੁੱਟਣੀ ਤੇਰੇ ਹੁੰਦੇ ਆ ਵੀ ਓਏ ਹੋਏ ਭੈਣ ਹਾਂ ਜੁੱਤੀ ਦਾ ਡੱਬਾ ਗਵਾਚ ਗਿਆ ਤੇ ਲੱਭ ਰਹੀ ਤੇ ਰਜਾਈ ਚੋਂ ਨਿਕਲ ਕੇ ਕਹਿੰਦਾ ਚਾ ਮੈਂ ਯਹਾਂ ਹੂੰ ਆਪਣੇ ਭਰਾਣ ਪੁੱਛ ਰਿਹਾ ਕਹਿੰਦਾ ਕਿੰਨਾ ਕਿੰਨਾ ਪਾਣੀ ਕਹਿੰਦਾ ਭਾਜੀ ਇਧਰੋਂ ਇੰਨਾ ਇੰਨਾ ਇਧਰੋਂ ਇੰਨਾ ਸੱਜੀ ਸਾਈਡ ਤੋਂ ਇੰਨਾ ਇੰਨਾ ਖੱਬੀ ਤੋਂ ਵਟਸਐਪ ਵੀ ਨਹਿਰ 'ਚ ਸੁਬਹਾ ਦੇ ਨਹਾਈ ਜਾ ਰਹੇ ਅਤੇ ਸ਼ਾਮ ਤੱਕ ਨਹਾਈ ਜਾ ਰਿਹਾ ਮੈਂ ਕਿਹਾ ਕੀ ਗੱਲ ਆ ਕਹਿੰਦਾ ਮੇਰਾ ਖੱਚਾ ਲੱਥ ਕੇ ਰਿੜ ਗਿਆ ਓਏ ਹੋਏ ਹੋਏ ਯਾਰ ਹਾਂਜੀ ਭੈਣ ਨਹੀਂ ਮੈਂ ਨਹੀਂ ਭੈਣ ਉਹ ਤਾਂ ਵਿਚਾਰਾ ਬਸ ਹੋ ਗਿਆ ਉਹਦਾ ਹੋਰ ਕੋਈ ਹੈ ਬੰਦਾ ਤੁਹਾਡੇ ਕੋਲ ਹਾਂਜੀ ਬੰਦੇ ਸਾਰੇ ਹੀ ਐਕਟਿਵ ਸੀ ਬਸ ਤੁਹਾਨੂੰ ਵੇਖ ਕੇ ਸਲੋਗ ਇਹ ਇਨਸਾਨ ਨਹੀਂ ਹੈਗਾ ਇਹ ਨਾ ਬੰਗਾਲੀ ਦੇ ਦੁੱਧ ਵਾਲੀ ਦੁਕਾਨ ਤੇ ਬੈਠਾ ਹੁੰਦਾ ਜਿਹੜੇ ਦੁੱਧ 'ਚ ਮੱਖੀ ਪੈ ਜੇ ਨਾ ਉਹ ਪੀਂਦਾ ਲੈਂਦਾ ਨਹੀਂ ਨਾ ਕਹਿੰਦੇ ਆ ਨਾ ਕਿ ਰਿਜ਼ਕ ਜ਼ਾਇਆ ਨਹੀਂ ਕਰਨਾ ਚਾਹੀਦਾ ਉਹ ਰਿਜ਼ਕ ਇਹਨੇ ਵੀ ਲਾਇਆ ਜੀ ਨਾਸ਼ਤਾ ਪੂਰੀ ਦਿਹਾੜੀ ਕੁਛ ਨਹੀਂ ਵਿਕਿਆ ਤੇ ਰਾਤ ਨੂੰ ਇੱਕ ਬੰਦਾ ਆਇਆ ਕਹਿੰਦਾ ਕੀ ਪੱਕਾ ਕਹਿੰਦਾ ਪਾਨ ਖਾਧਾ ਸੀ ਮੂੰਹ ਲਓ ਜੀ ਮੈਨੂੰ ਨਵੀਂ ਆਮਦ ਹੋਈ ਕਬਰਸਤਾਨ 'ਚ ਨਾਸ਼ਤਾ ਲਾ ਲਿਆ ਅਤੇ ਜਿਹੜਾ ਮੁੰਡੇ ਨੇ ਰੱਖਿਆ ਉਹਦੇ ਨਾਲ ਉਹਨੂੰ ਕਹਿੰਦਾ ਚੱਲ ਨੌ ਨੰਬਰ ਕਬਰ 'ਚੋਂ ਪਿਆਲੇ ਲੈ ਗਿਆ ਆ ਕੇ ਕੀ ਕਹਿ ਰਿਹਾ 10 ਨੰਬਰ ਕਬਰ 'ਚ ਬੰਦਾ ਤੁਹਾਨੂੰ ਬੁਲਾ ਰਿਹਾ ਹਾਂ ਬਸ ਸਵਾਲ ਪੁੱਛੋ ਸਵਾਲ ਲੈ ਵੀ ਬੇਟਾ ਇਹ ਦੱਸ ਤੇਰਾ ਨਾਂ ਕੀ ਆ ਜਿਸ਼ਾਨ ਅੱਛਾ ਚੱਲ ਮੈਂ ਤੇਰੇ ਇੱਕ ਸਵਾਲ ਕਰਦਾ ਤੂੰ ਦੱਸ ਕਿਹੜੀ ਐਸੀ ਚੀਜ਼ ਆ ਜੇ ਤੇ ਬਾਰਿਸ਼ ਪੈਂਦੀ ਹੋਵੇ ਉੱਪਰ ਕੋਈ ਛੱਪਰਾ ਕੋਈ ਚੀਜ਼ ਨਾ ਹੋਵੇ ਡਾਇਰੈਕਟ ਉੱਤੇ ਬਾਰਿਸ਼ ਪੈਂਦੀ ਹੋਵੇ ਤੇ ਉਹ ਭਿੱਜਦੀ ਨਹੀਂ ਨਹੀਂ ਭਿੱਜਦੀ ਨਹੀਂ ਭਿੱਜਦੀ ਬਾਰਿਸ਼ ਆ ਰਹੀ ਹੋਵੇ ਬਾਰਿਸ਼ ਪੈ ਰਹੀ ਉਹਦੇ ਉੱਤੇ ਅੱਛਾ ਵਿੱਚ ਕੋਈ ਚੀਜ਼ ਨਹੀਂ ਡਾਇਰੈਕਟ ਉਹਦੇ ਉੱਤੇ ਬਾਰਿਸ਼ ਪੈ ਰਹੀ ਹੈ ਲੇਕਿਨ ਉਹ ਭਿੱਜ ਨਹੀਂ ਰਹੀ ਕਿਹੜੀ ਚੀਜ਼ ਆ ਉਹ ਪਾਣੀ ਹੋਣਾ ਵਾ ਭਿੱਜਦਾ ਹੀ ਆ ਪਹਿਲੇ ਭਿੱਜਿਆ ਹੁੰਦਾ ਏਡਾ ਕਨਫਿਊਜ਼ ਹੋ ਕੇ ਕਿਉਂ ਕਹਿ ਰਿਹਾ ਮੈਂ ਕਿਹਾ ਪਾਣੀ ਨਹੀਂ ਏਡਾ ਕੋਈ ਕਨਫਿਊਜ਼ ਕਿਹਾ ਪਹਿਲੇ ਉਹਦਾ ਸੁਣ ਕੇ ਕਹਿਤਾ ਨਹੀਂ ਅੱਛਾ ਚੱਲ ਸਮੁੰਦਰ ਆ ਪੂਰਾ ਸਮੁੰਦਰ ਤੂੰ ਕਿੰਨੀਆਂ ਪੜਿਆ ਮੈਂ ਮਾਸ਼ਾਅੱਲਾ 10 ਮਾਸ਼ਾਅੱਲਾ 10 ਤੁਹਾਨੂੰ ਕਹਿ ਰਿਹਾ 10 ਕਿੰਨਾ ਕੁ ਲੱਗਦਾ ਬੜੇ ਤੂੰ 10 ਤੇ ਮਾਸ਼ਾਅੱਲਾ ਕਹਿਤਾ ਤੂੰ ਤੂੰ ਕਿਤੇ 16 ਪੜਿਆ ਹੁੰਦਾ ਤੂੰ ਤੇ 2 ਸਪਾਰੇ ਕਹਿਦਾ ਇਸ ਨਾਲ ਆਹੋ ਬੜੇ ਕੱਲੇ 10 ਤੇ ਮਾਸ਼ਾਅੱਲਾ ਨਹੀਂ ਉਹ ਦੀ ਅੰਮੀ ਨੇ ਰੋਕਦਾ ਜੀ ਨਾ ਪੁੱਤ ਬਸ ਕਰ ਹੁਣ ਆਹੋ 10 ਪੜਿਆ ਹਾਂਜੀ ਸਮੁੰਦਰ ਜਿਹੜਾ ਸਮੁੰਦਰ ਉਹਦੇ ਬਿਲਕੁਲ ਜਿਹੜੀ ਸੈਂਟਰ ਵਾਲੀ ਪਲੇਸ ਆ ਸਮੁੰਦਰ ਦੇ ਸੈਂਟਰ 'ਚ ਕਿਹੜੀ ਐਸੀ ਚੀਜ਼ ਕਿਹੜੀ ਇੱਕ ਖਾਸ ਚੀਜ਼ ਆ ਕਿਹੜੀ ਆ ਉਹ ਸੈਂਟਰ 'ਚ ਹਾਂ ਬਿਲਕੁਲ ਸਮੁੰਦਰ ਦੇ ਸੈਂਟਰ 'ਚ ਸਮੁੰਦਰ ਦੇ ਸੈਂਟਰ 'ਚ ਕਿਹੜੀ ਚੀਜ਼ ਆ ਹਾਂ ਸੈਂਟਰ ਹੀ ਹੋਣਾ ਹੋਰ ਕੀ ਹੋਣਾ ਹਾਰ ਗਿਆ
ਤੇ ਹੋਰ ਉਹਦੇ ਚ ਰਿਚ ਆ ਪਾਣੀ ਆ ਪਾਣੀ ਆ ਪਾਣੀ ਕੈਸਾ ਨਹਿਸ਼ ਬੱਚਾ ਯਾਰ ਬੇਟੇ ਸਮੁੰਦਰ ਦੇ ਸੈਂਟਰ ਚ ਵੀ ਪਾਣੀ ਮੇਰੇ ਵਿੱਚ ਵੀ ਹੁੰਦੇ ਚੱਲ ਫੇਰ ਇੱਕ ਹੋਰ ਇਹਦਾ ਜਵਾਬ ਦਵਾਂ ਸਮੁੰਦਰ ਦੇ ਸੈਂਟਰ ਚ ਦੱਸ ਹੋਰ ਕੀ ਆ ਪਾਣੀ ਤੋਂ ਇਲਾਵਾ ਹੋਰ ਫਿਰ ਮੇਰੇ ਦੱਸ ਦੇਣਾ ਫਿਰ ਤੁਸੀਂ ਹੋਣੇ ਆ ਜਿਹੜੇ ਤੁਸੀਂ ਗਹਿਰਤ ਕਰਨ ਨਹੀਂ ਸਮੁੰਦਰ ਦੇ ਸੈਂਟਰ ਚ ਨੂਨ ਆਉਂਦਾ ਸੀਨ ਮੀਮ ਨੂਨ ਅੱਗੇ ਦਾਲ ਰੇ ਸਮੁੰਦਰ ਲਿਖਿਆ ਹੋਇਆ ਦਰਮਿਆਨ ਚ ਕੀ ਹੁੰਦਾ ਨੂਨ ਹਾਂ ਸਮੁੰਦਰ ਦੇ ਸੈਂਟਰ ਚ ਨੂਨ ਆਉਂਦਾ ਨੂਨ ਹਾਂ ਇਹੀ ਦੁਬਾਰ ਫਿਰ ਪੁੱਛੋ ਫਿਰ ਪੁੱਛਾਂ ਮੇਰੇ ਚਾਚੂ ਤੇ ਨੀ ਆਏ ਅਭਿਨੰਦਨ ਨੂੰ ਛੱਡਣ ਜਾ ਰਹੇ ਤੇ ਵਿੱਚ ਵੜ ਕੇ ਕਹਿੰਦਾ ਇਹਨੂੰ ਮੇਰੇ ਨਾਲ ਪਾ ਦੋ ਖੁਦਕੁਸ਼ੀ ਕਰਨ ਗਿਆ ਫਾਟਕ ਤੇ ਟਿਫਨ ਫੜਿਆ ਆ ਮੈਂ ਕਿਹਾ ਇਹ ਕੀ ਕਹਿੰਦਾ ਟ੍ਰੇਨ ਲੇਟ ਹੋ ਗਈ ਮੈਂ ਭੁੱਖਾ ਮਰੂ ਸਹੀ ਗੱਲ ਆ ਸੋਚਣਾ ਚਾਹੀਦਾ ਪੇਟ ਦੇ ਬਾਰੇ ਚ ਵੀ ਖੁਦਕੁਸ਼ੀ ਕਰਨ ਲਈ ਅਲਾਰਮ ਲਾਇਆ ਹੁੰਦਾ ਯਾਰ ਕੁਰਬਾਨੀ ਦਾ ਬੱਕਰਾ ਲਿਆਂਦਾ ਤੇ ਛੁਰੀ ਨੀ ਲੱਭੀ ਤੈਨੂੰ ਚਪੇੜਾਂ ਮਾਰ ਮਾਰ ਕੇ ਮਾਰ ਲਿਆਂਦਾ ਫੇਰ ਲਿਆਂਦਾ ਕਸਾਈ ਨੀ ਲੱਭਾ ਤੇ ਬੱਕਰੇ ਨੂੰ ਕਹਿ ਰਿਹਾ ਆਪੀ ਕਿਤੇ ਦੌੜ ਜਾ ਫੇਰ ਲਿਆਂਦਾ ਕਸਾਈ ਨੀ ਲੱਭਾ ਤੇ ਬੱਕਰੇ ਦੇ ਕੰਨ ਚ ਕੋਈ ਗੱਲ ਕਹਿ ਕੇ ਕਰ ਦੇਣ ਕਹਿੰਦਾ ਵੇਖਣ ਇਹਨੇ ਸ਼ਰਮ ਨਾ ਮਰ ਜਾਣਾ ਜਨਾਜ਼ਾ ਪੜਾਉਣ ਲੈ ਗਿਆ ਜੀ ਤੇ ਸਾਰੇ ਲੋਕ ਵਜੂ ਕਰ ਰਹੇ ਤੇ ਮੁਰਦੇ ਦੇ ਗੰਜ ਕਹਿੰਦਾ ਦੌੜ ਜਾ ਕੋਈ ਨਹੀਂ ਹੈਗਾ ਹਾਲੇ ਵੀ ਦੌੜ ਜਾ ਆਹੋ ਫਿਰ ਉਹਦੇ ਤੇ ਪਤਾ ਨਹੀਂ ਕੀ ਬੀਤਣੀ ਸੀ ਤਕਵੀਰ ਪੜ ਕੇ ਧੋਣ ਵਾਲੀ ਇੱਟ ਕੈਸਾ ਮੂੰਹ ਇੱਟ ਨਾਲ ਸੈਲਫੀ ਲਈ ਹੁੰਦੀ ਸੂਟ ਨੂੰ ਮਾਇਆ ਲਾ ਕੇ ਟੰਗ ਕੇ ਕਹਿੰਦਾ ਉਹ ਤੂੰ ਮੇਰੇ ਅੱਗੇ ਆਕੜੀ ਜਾਂਦਾ ਲੈ ਮੂੰਹ ਵੇਲੇ ਪੁੱਠੇ ਹੱਥ ਨਾਲ ਲਾਣਤ ਪਾਈ ਹੁੰਦੀ ਇੰਜ ਹਾਂਜੀ ਇਹਦਾ ਵੇਖ ਲਓ ਲਾਣਤ ਵਾਲਾ ਹੱਥ ਹੁੰਦਾ ਓਏ ਹੋਏ ਕਸਮੇ ਉਸ ਤੋਂ ਬਾ ਮੇਰੇ ਗਲੇ 'ਚ ਨਾ ਪੇਰ ਦੇ ਭਾਈ ਨਾਈ ਬਣ ਗਿਆ ਹੈ ਨਾਈ ਬਣ ਗਿਆ ਤੇ ਬੰਦੇ ਦਾ ਖਤ ਕਰ ਰਿਹਾ ਉਹਨੂੰ ਕਹਿੰਦਾ ਤੂੰ ਲਾਲ ਰੁਮਾਲ ਪਾਇਆ ਕਹਿੰਦਾ ਨਹੀਂ ਕਹਿੰਦਾ ਵੀ ਤੇਰੀ ਧੌਣ ਵੱਡੀ ਗਈ ਨਹੀਂ ਫਿਰ ਤਾਂ ਨਹੀਂ ਵੱਡੀ ਗਈ ਲਿਖੀ ਹੋਈ ਸੀ ਉਹਦੀ ਲਓ ਜੀ ਫਿਰ ਆਮਦ ਨਾਈ ਕੋ ਜਾ ਕਹਿੰਦਾ ਮੇਰੇ ਨਾਈ ਕੋ ਜਾ ਕਹਿੰਦਾ ਮੇਰੇ ਖਤ ਕਰ ਦੇ ਕਹਿੰਦਾ ਖਤ ਪੁਰਾਣੇ ਨੂੰ ਮੈਸੇਜ ਕਰ ਦੇ ਟਾਟੂ ਨਹੀਂ ਬਣਾਉਂਦੇ ਜਿਹੜੇ ਜਿਸਮ ਤੇ ਟਾਟੂ ਉਹਨਾਂ ਤੋਂ ਕੁੱਟ ਖਾ ਲਈ ਜਾ ਕੇ ਕਹਿੰਦਾ ਮੇਰੇ ਢਿੱਡ ਤੇ ਪਾਕਿਸਤਾਨ ਦਾ ਨਕਸ਼ਾ ਬਣਾ ਮਰੇ ਕੈਸੀ ਤੈਨੂੰ ਆਹੋ ਕੈਸਾ ਕੀ ਅੱਛੀ ਜਗ੍ਹਾ ਬਣਵਾ ਲਾ ਕਮਰੇ 'ਚ ਬਣਵਾ ਲਾ ਹਾਂ ਮੁਹੱਬਤ ਪੇਟ ਮੇ ਰੱਖਣੀ ਚਾਹੀਏ ਉਹ ਲਾ ਕੇ ਲਾ ਦੇ ਉਹ ਦਿਲ 'ਚ ਹੁੰਦੀ ਆ ਓਏ ਉਹ ਪੇਟ 'ਚ ਵੀ ਆ ਜਾਂਦੀ ਦਿਲ 'ਚ ਹੁੰਦੀ ਆ ਤੇ ਦਿਲ ਹੈ ਨਹੀਂ ਨਾ ਜੀ ਬੈਟਰੀ ਰੱਖੀ ਛੋਟੀ ਵੈਸੇ ਤੂੰ ਮੈਨੂੰ ਜਾਵਦ ਦਵੇ ਨਾ ਤੇ ਮੈਂ ਇੰਜ ਕਰਕੇ ਤੇਰੇ ਦੰਦ ਸਿੱਧੇ ਕਰ ਦੇ ਕਸਰ ਵੀ ਇਹਦੇ ਘਰ ਲੈ ਲੈ ਇੰਜ ਕੀਤਾ ਤੇ ਨਹੀਂ ਹੋਏ ਨਹੀਂ ਵੈਸੇ ਯਾਰ ਅੱਜ ਕੱਲ੍ਹ ਬੜਾ ਬੜਾ ਉਹ ਮਤਲਬ ਮਾਹੌਲ ਬਣਿਆ ਦੰਦਾਂ ਦਾ ਬੜਾ ਬੜਾ ਤੂੰ ਲਾਜ ਕਿਉਂ ਨਹੀਂ ਤਾਰ ਪਵਾ ਭਾਈ ਜਾਨ ਤਾਰ ਪਵਾਈ ਸੀ ਬੋਟੀ ਫਸੀ ਉਹਦੇ ਨਾਲ ਕੱਢ ਲਈ ਕਿਉਂ ਪਾਉਂਦਾ ਕਿਉਂ ਨਹੀਂ ਤਾਰ ਉਹ ਇੱਕ ਵਾਰੀ ਡਾਕਟਰ ਨੂੰ ਮੈਂ ਕਿਹਾ ਸੀ ਤਾਰ ਲਾ ਦੋ ਉਹਨੇ ਬਿਜਲੀ ਵਾਲੀ ਲਾ ਦਿੱਤੀ ਮੈਂ ਕਿਹਾ ਇਹ ਛੋਟੇ ਛੋਟੇ ਭਰਾ ਸੀਗੇ ਇਹਨਾਂ ਘਰ ਕੋਈ ਰਿਸ਼ਤਾ ਵੇਖਣਾ ਤੇ ਅੰਮੀ ਨੇ ਖੜਕਾ ਕੇ ਸੁੱਟਤੇ ਲਓ ਜੀ ਨਾਜ਼ਰੀਨ ਕੁਛ ਟਾਈਮ ਆਪਾਂ ਇੱਥੇ ਗੁਜ਼ਾਰ ਲਿਆ ਕੁਛ ਟਾਈਮ ਆਪਾਂ ਜਾ ਕੇ ਗੁਜ਼ਾਰਦੇ ਹਾਂ ਯੂਨੀਵਰਸਿਟੀ 'ਚ ਉੱਥੇ ਬੜਾ ਅੱਛਾ ਰੌਣਕ ਮੇਲਾ ਲੱਗਾ ਬੜਾ ਨਿਜ਼ਾਮ ਆ ਉੱਥੇ ਵੀ ਕੋਈ ਦੇਖਦੇ ਸ਼ਾਇਦ ਕੋਈ ਸਾਨੂੰ ਮਾਸ਼ਾਅੱਲਾ ਇੱਦਾਂ ਦਾ ਕੋਈ ਅੱਛੇ ਬੰਦੇ ਇੱਦਾਂ ਦਾ ਹੀ ਲੱਭ ਜਾਣ ਸਿਰਫ ਹੈ ਸਰ ਬਹੁਤ ਸ਼ੁਕਰੀਆ ਤੁਹਾਡਾ ਬੜੀ ਮਿਹਰਬਾਨੀ ਪਹਿਨਣੇ ਜਾਣਾ ਪਾਰਟੀ ਪਹਿਨਣੇ ਨਹੀਂ ਪਾਣੀ ਮੈਂ ਕੱਪੜੇ ਬਦਲ ਕੇ ਜਾਵਾਂਗਾ ਉੱਥੇ ਜਾ ਕੇ ਕਿਉਂਕਿ ਉਹ ਲੁੱਕ ਜ਼ਰਾ ਨਿਜ਼ਾਮ ਹੋ ਰਿਹਾ ਠੀਕ ਹੈ ਸਰ ਬਹੁਤ ਸ਼ੁਕਰੀਆ ਕੱਪੜੇ ਕਿਉਂ ਬਦਲਣੇ ਤੂੰ ਰਿੜ ਕੇ ਜਾਣਾ ਜੀ ਇੱਕ ਨਾਮ ਐਸਾ ਹੈ ਜੋ ਦੋ ਵਾਰ ਲਿਖਾ ਹੋਇਆ ਆਪੀ
अच्छा यार अगर पीछे से आप देख लेना बताइए कि ना ये खेल खराब हो जाएगा आपकी मेहरबानी। आप ही आपका टाइम स्टार्ट हुआ अब। वन टू ए हूँ किसी को दसना नहीं आप ये पकड़े। वन टू थ्री फोर फाइव सिक्स सेवन एट नाइन टेन नो 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 हाँ जी और कोई इधर आए आप ही के पास इधर। यार आपने नहीं बताना अगर पीछे से आपको नजर आए तो। एक नाम दो बार लिखा हुआ है। टाइम स्टार्ट इज वन टू थ्री फोर फाइव सिक्स सेवन एट नहीं पता कि इधर तुम दस आना सारे का काम खराब हो जाए सर। वन टू थ्री फोर फाइव सिक्स सेवन एट यार वड़े वड़ा करके लिखे सारे बुझी जा रहे। अंकल जी इतने दसो केड़ा ना दो बारी लिखा मोबाइल जेब जब मैसेज आ रहे तुम वन टू थ्री फोर फाइव सिक्स सेवन एट नाइन टेन यस फाइनल रहे हो माशाल्लाह माशाल्लाह। अस्सलाम वालेकुम तुम्हारा नाम फहद ऐसे ही बोलना फहद। अच्छा एसमाइक च भी फाहद ना एसमाइक च भी फाहद। अच्छा तुसी की है थे स्टूडेंट एडे वे स्टूडेंट बिल्कुल की गल लेट पढ़ाई शुरू की थी नहीं टाइम नहीं की किस क्लास च पढ़ रहे इंजीनियरिंग डेढ़ सेमेस्टर मैं कह रहे कहन गए ओ उत्ते जाके ना नुकरा ली च उस क्लास च इंजीनियरिंग कर रहे हैं फिर उस तो बाद की पढ़ना उस तो बाद जॉब या एमएस ਇਹਦੇ 'ਚ ਦੱਸੋ ਕਿਹੜਾ ਨਾਂ ਜਿਹੜਾ ਦੋ ਵਾਰੀ ਲਿਖਿਆ ਤੁਹਾਨੂੰ ਪਤਾ ਤਾਂ ਨਹੀਂ ਅੱਗੇ ਪਤਾ ਮੈਨੂੰ ਕੀ ਆ ਸਭਾ ਸਭਾ ਤੁਹਾਡੀ ਤੁਹਾਡੀ ਸ਼ਾਦੀ ਹੋਈ ਹਾਂ ਹੋ ਗਈ ਭਾਬੀ ਦਾ ਕੀ ਨਾਮ ਆ ਸਭਾ ਤਾਂ ਨਹੀਂ ਤੇ ਫਿਰ ਸਭਾ ਕੌਣ ਆ ਲਿਖਿਆ ਜੀ ਸਭਾ ਕਿਤੇ ਵੀ ਨਹੀਂ ਲਿਖਿਆ ਲਓ ਜੀ ਫੜੋ ਜੀ ਦੱਸ ਕਿੰਨੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਹਾਰ ਗਏ ਹਾਰ ਗਏ ਤੁਸੀਂ ਕਿਉਂਕਿ ਤੁਸੀਂ ਲੱਭਣ ਲੱਗੇ ਹੀ ਸੀ ਹੈ ਨਾ। ਅੱਛਾ ਸਰ ਕੋਈ ਜੁਗਤ ਮਾਰੋ ਉਹਨੂੰ ਕੋਈ ਜੁਗਤ ਮਾਰੋ ਕਿੱਧਰ ਗਿਆ ਉਹ ਕਿੱਲੀ ਤਾਂ ਲਾਸਟ ਟੰਗੀ ਹੁੰਦੀ ਉਰੇ ਆ ਇੱਕ ਨਾਮ ਦੋ ਵਾਰ ਲਿਖਿਆ ਉਹ ਬਤਾਉਣਾ ਚਲੋ ਜੀ ਮੈਂ ਦੱਸ ਕਿੰਨਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਸਾਢੇ ਨੌ ਪੌਣੇ ਦਸ ਦਸ ਅਮਰ ਆਸਮ ਆਲਮ ਸਾਧ ਸਾਰਾ ਆਰਫ ਸਾਦੀ ਇੱਥੇ ਤੱਕ ਹੀ ਪੜੋ ਹੈ ਨਾ ਇਹ ਫੜੋ ਪਹਿਣਾ ਕੁਝ ਜੁਗਤ ਮਾਰੋ ਮੈਨੂੰ ਮੂੰਹ ਦਾ ਡਰ ਦੇਣਾ ਜਿਵੇਂ ਸੇਬ ਵਾਲਾ ਸਮੋਸਾ ਹੁੰਦਾ ਪਹਿਣਾ ਮੇਰੀ ਗੱਲ ਸੁਣੋ ਇੱਕ ਹੋਰ ਮਾਰਾ ਹਾਂ ਮੂੰਹ ਦਾ ਡਰ ਦੇਣਾ ਜਿਵੇਂ ਥਰਮਾਰ ਚ ਕੜੀ ਪਾਈ ਹੁੰਦੀ ਹੈਲੋ ਮੇਰੇ ਪ੍ਰੋਗਰਾਮ ਲਈ ਜੁਗਤ ਮੈਨੂੰ ਨਹੀਂ ਮਾਰਨੀ ਇੱਕ ਬੰਦਾ ਹੋਰ ਬੁਲਾਓ ਹੋਰ ਕਿਹੜਾ ਉਹ ਦਾਨਿਸ਼ ਨੂੰ ਬੁਲਾਓ ਦਾਨਿਸ਼ ਆ ਜਾ ਠੰਡੀ ਜੁਗਤ ਭਾਜੀ ਅੱਛੀ ਜੁਗਤ ਭਾਈ ਦਾ ਮੂੰਹ ਵੇਖੋ ਜਾਨੀ ਭਾਈ ਦਾ ਮੂੰਹ ਦੇਖੋ ਜਿਵੇਂ ਕਾਲਜ ਬਾਰਿਸ਼ ਪਈ ਹੁੰਦੀ ਹੈ ਭਾਈ ਦਾ ਮੂੰਹ ਵੇਖੋ ਹਾਂਜੀ ਭਾਈ ਤੁਸੀਂ ਇਹ ਪੜੋ ਦੋਵੇਂ ਦੋਵੇਂ ਬੜੀ ਚਲੋ 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 ਆਪਾਂ ਇਹਨਾਂ ਨੂੰ ਇੱਕ ਦਿਨ ਸ਼ਵਾਰਮਾ ਖਾਣ ਚ ਲੱਗਿਆ ਪੈ ਕਰਾਉਣ ਡਿਆ ਤਾਂ ਉਹਦਾ ਸ਼ਵਾਰਮਾ ਜਦੋਂ ਬੰਦ ਕਰਨ ਲੱਗਾ ਕਹਿੰਦਾ ਭਾਈ ਨੇ ਇੱਕ ਮਿੰਟ ਠਹਿਰ ਜਾ ਮੈਨੂੰ ਮੂੰਹ ਤਾਂ ਦੇਖ ਲੈਣ ਦਿਓ ਉਹ ਜਦੋਂ ਸ਼ਵਾਰਮਾ ਪੈਕ ਹੋ ਗਿਆ ਨਾ ਦੋਵਾਂ ਸਾਈਡਾਂ ਤੋਂ ਬੰਦ ਕਰਤਾ ਕਹਿੰਦਾ ਭਾਈ ਹੁਣ ਮੈਂ ਖਾਣਾ ਕਿੱਦਾਂ ਵਾਂ ਆ ਸਹੀ ਗੱਲ ਆ ਭਾਈ ਨੇ ਖਾਣਾ ਨਹੀਂ ਤਾਂ ਮੈਨੂੰ ਆਪ ਨਹੀਂ ਖਾਣਾ ਹੁੰਦਾ ਕਸਮੇ ਹਾਂਜੀ ਓਏ ਇਹ ਤੇਰਾ ਔਨ ਆਫ ਦਾ ਬਟਨ ਲੱਗਾ ਇੱਥੇ ਇੰਜ ਕਰਨ ਤੋਂ ਬਾਅਦ ਦਿਲ ਘੰਟੇ ਪੁੱਤ ਨੇ
ਮੱਖੀ ਬੈਠੀ। ਅੱਛਾ ਚੱਲ ਕੋਈ ਜੁਗਤ ਮਾਰ, ਇੰਨੇ ਬੰਦੇ ਦਾ ਟਾਈਮ ਲਾਇਆ ਕਰ ਰਹੇ ਨੇ। ਐ ਭਾਈ ਦਾ ਮੂੰਹ ਦੇਖੋ ਜਿਵੇਂ ਗਿੱਦੜ ਦੀ ਚੈਨ ਉਤਰੀ ਹੁੰਦੀ। ਪਰ ਕਰੀ ਜੋ ਆਪਣੀ ਬੁੱਬੀ ਨੂੰ ਕਹਿੰਦੇ, ਬੁੱਬੀ ਜੀ ਮੇਰੀ ਲੱਤ ਸੌਂ ਗਈ ਆ, ਕਹਿੰਦੇ ਜਾ ਕੇ ਮੇਨਾ ਪਾ ਦੇ।